ਤੇ ਹੁਣ ਕਰਦੇ ਆਂ ਇਹਦੀ ਅਨਬਾਕਸਿੰਗ, ਦੇਖਦੇ ਆਂ ਕਿੱਦਾਂ ਦਾ ਹੈ। ਮੈਂ ਸਟੇਬਲ ਰੱਖਿਆ ਹੱਥ ਆਪਣਾ, ਉਹ ਦੇਖੋ ਟਰੈਕ ਕਰਨ ਦਿਆ। ਭਾਵੇਂ ਤੂੰ ਉਹਦੇ ਮੋਹਰੇ ਵੀ ਆ ਗਿਆ ਸੀ। ਲੋ ਵੀ ਦੋਸਤੋ, ਅੱਜ ਅਸੀਂ ਆਏ ਹਾਂ ਗੌਰਵ ਫੋਟੋ ਗੁੜਜ਼ ਦੀ ਸ਼ੌਪ 'ਤੇ, ਜਿਹੜੀ ਹੈਗੀ ਆਪਣੇ ਭਾਅ ਜੀ ਕਿਹੜੀ ਮਾਰਕੀਟ ਆ? ਖਾਨਪੁਰੀ ਗੇਟ। ਖਾਨਪੁਰੀ ਗੇਟ ਹੈ ਨਾ, ਅਤੇ ਆਪਾਂ ਭਾਅ ਜੀ ਦੇ ਕੋਲ ਅੱਗੇ ਵਿਜਿਟ ਕਰਦੇ ਹਾਂ। ਕਾਫੀ ਕੁਛ ਲਿਆ, ਕਾਫੀ ਵਧੀਆ ਜੈਨੂਅਨ ਪ੍ਰਾਈਸ 'ਤੇ ਮਿਲ ਜਾਂਦਾ। ਔਨਲਾਈਨ ਤੁਹਾਨੂੰ ਥੋੜ੍ਹਾ ਮਹਿੰਗਾ ਪੈਣਾ, ਇੱਥੇ ਕਾਫੀ ਸਸਤਾ ਪੈਂਦਾ ਹੈ। ਇਹੀ ਰਿਕਮੈਂਡ ਕਰਾਂਗੇ, ਇੱਥੇ ਆਇਆ ਕਰੋ ਜ਼ਰੂਰ। ਅਤੇ ਬਾਕੀ ਆਹ ਭਾਅ ਜੀ ਕੋਲੋਂ ਗਿੰਬਲ ਲਿਆ ਸੀ, ਔਨਲਾਈਨ ਇਹਦਾ ਪ੍ਰਾਈਸ ਚੈੱਕ ਕੀਤਾ 6,000 ਦਾ ਸੀ, ਇੱਥੋਂ ਭਾਅ ਜੀ ਨੇ ਡਿਸਕਾਊਂਟ ਵਗੈਰਾ ਦੇ ਕੇ 5,500 ਦਾ ਸਾਨੂੰ ਦਿੱਤਾ ਹੈ। ਅਤੇ ਹੁਣ ਕਰਦੇ ਹਾਂ ਇਹਦੀ ਅਨਬੋਕਸਿੰਗ, ਦੇਖਦੇ ਹਾਂ ਕਿੱਦਾਂ ਦਾ ਹੈ। ਲਓ ਵੀ ਦੋਸਤੋ, ਇਹ ਹੈ ਜੀ ਕਿੱਟ, ਅਤੇ ਇਹਦੇ ਵਿੱਚ ਗਿੰਬਲ, ਅਤੇ ਆਹ ਹੈਗਾ ਛੋਟਾ ਟਰਾਈਪੋਡ, ਇਹ ਹੈ ਜੀ ਚਾਰਜਿੰਗ ਕੇਬਲ, ਅਤੇ ਆ ਗਿਆ ਸਾਡਾ ਗਿੰਬਲ। ਹੈਵੀ ਹੈ ਵਧੀਆ। ਲਓ ਵੀ ਦੋਸਤੋ ਦੇਖੋ, ਇਹ ਹੈ ਗਿੰਬਲ, ਡਿਜੀਟੈਕ ਕੰਪਨੀ ਦਾ ਆ। ਮੈਂ ਕਈਆਂ ਨੇ ਯੂਜ਼ ਕੀਤਾ ਹੋਣਾ, ਕਾਫੀ ਇਹਦੇ ਮਤਲਬ ਰਿਵਿਊ ਕਾਫੀ ਅੱਛੇ ਸੀਗੇ, ਅਤੇ ਮੈਂ ਵੀ ਸੋਚਿਆ ਇਹੀ ਲਵਾਂ। ਅਤੇ ਇਹਨੂੰ ਕਰਦੇ ਹਾਂ ਸਭ ਤੋਂ ਪਹਿਲਾਂ ਔਨ। ਦੱਬ ਕੇ ਰੱਖਣਾ ਭਾਅ ਜੀ, ਸਾਨੂੰ ਤਾਂ ਚਲਾਉਣਾ ਵੀ ਨਹੀਂ ਆਉਂਦਾ ਹਾਲੇ। ਲੋ ਵੀ ਕਰ ਲਿਆ ਆਪਾਂ ਗਿੰਬਲ ਔਨ, ਇਹ ਹੁਣ ਚੱਲਣਾ ਪਤਾ ਨਹੀਂ ਕਹਿੰਦਾ ਆ। ਇਹਨੂੰ ਥੋੜ੍ਹੇ ਪੰਗੇ ਪੁੰਗੇ ਲਵਾਂਗੇ, ਆਪਾਂ ਦੇਖਾਂਗੇ, ਸਿੱਖਾਂਗੇ, ਔਨਲਾਈਨ ਵੀਡੀਓਜ਼ ਦੇਖਣੀਆਂ ਪੈਣੀਆਂ, ਥੋੜ੍ਹਾ ਬਹੁਤਾ ਭਾਅ ਜੀ ਕੋਲੋਂ ਸਮਝਦੇ ਹਾਂ। ਅਤੇ ਸਭ ਤੋਂ ਪਹਿਲਾਂ ਇਹ 'ਚ ਲਗਾਉਂਦੇ ਹਾਂ ਫੋਨ, ਇਹ ਹੁਣ ਇਹਨੂੰ ਸੈਟਿੰਗ ਵਗੈਰਾ ਇਹਦੀ ਕਿੱਦਾਂ ਦੇਖਾਂਗੇ ਆਪਾਂ। ਇਹਦੇ ਪੰਗੇ ਲੈ ਕੇ ਵੈਸੇ ਚਲਾਉਣਾ ਆ ਜਾਣਾ ਸਾਨੂੰ, ਅਤੇ ਬਾਕੀ ਥੋੜ੍ਹੇ ਬਹੁਤ ਵੀਡੀਓਜ਼ ਦੇ ਸੈਂਪਲ ਆਪਾਂ ਲਵਾਂਗੇ, ਉਹ ਵੀ ਬਣਾ ਕੇ ਤੁਹਾਨੂੰ ਪੂਰਾ ਐਨ ਤਸੱਲੀ ਨਾਲ ਦਿਖਾਵਾਂਗੇ। ਅਤੇ ਭਾਅ ਜੀ ਹੁਣ ਦੇਖੋ ਜੀ, ਇਹਨਾਂ ਦੀ ਸ਼ੋਪ ਆ, ਇੱਥੇ ਹੀ ਆਇਓ ਤੁਸੀਂ, ਅਤੇ ਭਾਅ ਜੀ ਬਸ ਥੋੜ੍ਹਾ ਭਾਅ ਜੀ ਕੈਮਰਾ ਮਾਰ ਦਿਓ। ਭਾਅ ਜੀ ਦੱਸ ਦਿਓ ਤੁਸੀਂ ਆਪਣੇ ਬਾਰੇ ਥੋੜ੍ਹਾ ਬਹੁਤ, ਕਿੱਥੇ ਸ਼ੋਪ ਆ? ਹੁਸ਼ਿਆਰਪੁਰੋਂ ਖਾਨਪੁਰੀ ਗੇਟ, ਏਕਤਾ ਨਗਰ। ਠੀਕ ਆ, ਅਤੇ ਮੈਂ ਇਹੀ ਰਿਕਮੈਂਡ ਕਰੂੰਗਾ, ਜਿਹਨੇ ਵੀ ਕੋਈ ਚੀਜ਼ ਲੈਣੀ ਇੱਥੇ ਆਇਓ ਭਾਅ ਜੀ ਕੋਲ, ਕਾਫੀ ਜੈਨੂਅਨ ਪ੍ਰਾਈਜ਼ ਆ ਇਹਨਾਂ ਦਾ, ਅਤੇ ਸਾਡਾ ਤਾਂ ਐਕਸਪੀਰੀਅੰਸ ਵਧੀਆ ਹੈ। ਹੁਸ਼ਿਆਰਪੁਰ ਖਾਨਪੁਰੀ ਗੇਟ ਜ਼ਰੂਰ ਵਿਜ਼ਿਟ ਕਰਿਓ, ਗੌਰਵ ਗੁੜ ਫੋਟੋ ਗੁੜਸ 'ਤੇ। ਅਤੇ ਥੈਂਕ ਯੂ, ਅੱਗੇ ਤੁਹਾਨੂੰ ਮਿਲਦੇ ਹਾਂ ਵੀਡੀਓ ਦੇ ਵਿੱਚ, ਹੁਣ ਇਹਦੇ ਥੋੜ੍ਹੇ ਬਹੁਤ ਸੈਂਪਲ ਲੈ ਕੇ। ਅਸੀਂ ਆ ਗਏ ਹਾਂ ਜੀ ਸੌਰਵ ਦੇ ਘਰ, ਥੋੜ੍ਹੇ ਜਿਹੇ ਸੈਂਪਲ ਲੈਣੇ ਸੀ ਆਪਾਂ, ਅਤੇ ਅਸੀਂ ਸੋਚਿਆ ਕਿ ਸੌਰਵ ਦੇ ਘਰ ਜਾ ਕੇ ਵੀਡੀਓ ਥੋੜ੍ਹੀ ਸ਼ੂਟ ਕਰੀਏ। ਅਤੇ ਆਹ ਦੇਖੋ ਗਿੰਬਲ ਦੀ ਥੋੜ੍ਹੀ ਸਟੇਬਿਲਿਟੀ, ਓਏ ਹੋਏ ਹੋਏ, ਮਜ਼ਾ ਆ ਜਾਂਦਾ। ਹੈਲੋ ਆਈ ਵਿੱਚ ਆਈ ਆ। ਲਓ ਵੀ ਦੋਸਤੋ, ਲੈ ਕੇ ਆ ਗਏ ਹਾਂ ਗਿੰਬਲ, ਤੁਹਾਨੂੰ ਪਤਾ ਲਿਆ ਆਪਾਂ, ਹੁਣ ਇਹਦੇ ਆਪਾਂ ਥੋੜ੍ਹੇ ਜਿਹੇ ਐਕਸਪੈਰੀਮੈਂਟ ਕਰਨੇ ਆ। ਸਭ ਤੋਂ ਪਹਿਲਾ ਐਕਸਪੈਰੀਮੈਂਟ ਇਹਦਾ ਜੋ ਹੈਗਾ ਆ ਫੇਸ ਟਰੈਕਿੰਗ ਦਾ, ਸੌਰਵ ਮਤਲਬ ਟਰੈਕ ਕਰੂਗਾ ਮੇਰਾ ਫੇਸ, ਤੇ ਦੇਖਾਂਗੇ ਕਿੱਦਾਂ ਵਰਕ ਕਰਦਾ ਹੈ। ਮੇਰਾ ਨਹੀਂ ਕਰਨਾ, ਗਿੰਬਲ ਦਾ ਕਰਨਾ ਤੂੰ। ਮੇਰਾ ਕਰੀ ਮਤਲਬ ਗਿੰਬਲ ਹੈ ਨਾ, ਮੇਰਾ ਫੇਸ ਟਰੈਕ ਕਰੂਗਾ, ਮੈਂ ਇੱਧਰ ਉੱਧਰ ਮੂਵਮੈਂਟ ਕਰੂੰਗਾ ਤੇ ਉਹ ਦੇਖਦੇ ਕਿੱਦਾਂ ਕਰਦਾ ਆ। ਤੇ ਆ ਮੈਂ ਚੱਲ ਗਿਆ ਪਿੱਛੇ, ਮੈਂ ਸਟੇਬਲ ਰੱਖਿਆ ਹੱਥ ਆਪਣਾ, ਉਹ ਦੇਖੋ ਟਰੈਕ ਕਰਨ ਦਿਆ। ਸਮੂਥ ਹੈ ਨਾ ਕਾਫੀ ਸੌਰਵ, ਇਹਨੂੰ ਹਾਲਾਤ ਆ ਥੋੜਾ ਜਿਹਾ ਗਿੰਬਲ ਨੂੰ, ਤੂੰ ਦੇਖ ਤਾਂ ਫੇਰ ਕਰਦਾ ਪਿਆ ਪੂਰਾ ਟਰੈਕ। ਹਾਂ ਹਾਂ, ਤੇ ਮੈਂ ਇੱਧਰ ਨੂੰ ਕਰਦਾ ਪਿਆ, ਰੋਟੇਟ ਹੋ ਗਿਆ 90 ਡਿਗਰੀ ਤੇ ਹੋ ਜਾਂਦਾ ਮੈਂ, ਦੇਖਦੇ ਕਿੰਨਾ ਕੁ ਦੂਰ ਤੱਕ ਕਰਦਾ। ਕਾਫੀ ਵਧੀਆ ਹੈ ਜੇ ਘਰ ਤੱਕ ਜਾ ਕੇ ਆਪਣੇ। ਅਤੇ ਇਹ ਸੀਗਾ ਜੀ ਫੇਸ ਟਰੈਕਿੰਗ, ਇਹਦਾ ਮਤਲਬ ਹੈ ਨਾ ਜਿਹਨਾਂ ਨੇ ਵਲੋਗਿੰਗ ਵਗੈਰਾ ਕਰਨੀ ਆ ਉਹਨਾਂ ਲਈ ਬੈਸਟ ਆ, ਮੈਂ ਕਹਿੰਦਾ ਚੀਜ਼, ਮਤਲਬ ਹਿੱਲੂਗਾ ਨਹੀਂ, ਅਤੇ ਇਹਦੇ ਮੈਨੂੰ ਫੜਾਈ ਦਾ ਗਿੰਬਲ, ਅਤੇ ਮੇਰੇ ਫੇਸ 'ਤੇ ਹੀ ਆ। ਅਤੇ ਜੇ ਮਤਲਬ ਮੈਂ ਮੂਵਮੈਂਟ ਕਰ ਰਿਹਾ, ਮੈਂ ਆਪਣੇ ਪਿਛਲੇ ਕੋਈ ਸੀਨ ਦਿਖਾਉਣਾ ਚਾਹੁੰਦਾ, ਅਤੇ ਜੇ ਮੈਂ ਇਹਨੂੰ ਇੱਥੇ ਵੀ ਕਰੂੰਗਾ ਤਾਂ ਮੈਂ ਨਹੀਂ ਫਰੇਮ ਵਿੱਚੋਂ ਬਾਹਰ ਜਾਊਂਗਾ, ਬਾਕੀ ਸਾਰੀਆਂ ਚੀਜ਼ਾਂ ਉੱਥੇ ਰਹੂਗੀਆਂ, ਦੇਖ ਸਕਦੇ ਹੋ ਜੀ। ਜੇ ਅਸੀਂ ਇਹਦਾ ਇੱਕ ਫੀਚਰ ਆ, ਜੇ ਅਸੀਂ ਇਹਨੂੰ 90 ਡਿਗਰੀ 'ਤੇ ਮਤਲਬ ਰੋਟੇਟ ਕਰਤਾ ਤਾਂ ਇਹਨੇ ਪੂਰਾ ਇੱਦਾਂ ਘੁੰਮ ਜਾਣਾ ਫੋਨ ਨੇ। ਉਹਨੂੰ ਟਰਾਈਪੋਡ ਤੋਂ ਘੱਟ ਫੜ, ਇਹ ਹੁਣ ਮੈਨੂੰ ਪਤਾ ਨਹੀਂ ਸਿੱਧਾ ਕਿੱਦਾਂ ਕਰਨਾ, ਇਹ ਆਪਣੇ ਆਪ ਮਤਲਬ ਫੇਸ ਟਰੈਕ ਕਰ ਲੱਭਦਾ ਪਿਆ ਮੇਰਾ ਫੇਸ। ਇੱਥੇ ਥੋੜ੍ਹੀ ਜਿਹੀ ਬੇਇੱਜ਼ਤੀ ਹੋ ਜਾਂਦੀ ਹੈ ਕਿਉਂਕਿ ਸਾਨੂੰ ਵੀ ਚਲਾਉਣਾ ਨਹੀਂ ਆਉਂਦਾ ਯਾਰ, ਦੂਜੇ ਦੇ ਹੱਥ ਕਰਨਾ ਇਹਨੇ ਟਰੈਕ, ਮਤਲਬ ਕਿ ਇਹਨੂੰ ਸਾਂਭਣਾ ਪੈਣਾ ਥੋੜ੍ਹੀ ਚੀਜ਼, ਹਿਸਾਬ ਜਿਹਾ ਇਹਨੇ ਚਲਾਉਣਾ ਪੈਣਾ। ਹਾਂ ਹਾਂ ਹਾਂ, ਇਹ ਸੌਰਵ ਨੂੰ ਮੈਂ ਰੱਖਿਆ ਥੋੜ੍ਹੇ ਜਿਹੇ ਫੀਚਰ ਜ਼ਿਆਦਾ, ਇਹਨੂੰ ਮੈਂ ਸਮਝਾਇਆ ਇਹ ਸੈਟਿੰਗ ਵਗੈਰਾ ਕਰ ਲਿਆ ਕਰੂਗਾ ਵਿੱਚੋਂ। ਕੈਮਰਾਮੈਨ ਸਾਡਾ, ਮਤਲਬ ਨਾ ਵੈਸੇ ਆਪਾਂ ਵੀਡੀਓ ਬਣਾਈਆਂ ਕਾਫੀ ਯਾਰ, ਜਿੱਦਾਂ ਉਹ ਦੋ ਬੰਦੇ ਆ ਗਏ ਸੀ ਨਾ ਕੈਮਰੇ 'ਚ, ਇਹਨੇ ਤਾਂ ਵੀ ਤੈਨੂੰ ਹੀ ਫੋਕਸ ਕੀਤਾ। ਸਹੀ ਹੈ, ਉਹ ਪਾਗਲ ਆ,
ਫੋਨ ਮੇਰਾ ਹੀ ਆ ਤੇ ਇਹਦੇ ਵਿੱਚ ਇਹਦੇ ਵਾਸਤੇ ਸਾਨੂੰ ਐਪ ਭਰਨਾ ਪੈਂਦਾ ਗਿੰਬਲ ਪ੍ਰੋ 2 ਹੁਣ ਜਿੱਦਾਂ ਤੂੰ ਬੈਕ ਕਰ ਲਈ ਸੀ ਨਾ ਆਪਣੀ ਉਹਨੇ ਉਹਨੂੰ ਫੋਕਸ ਕਰ ਲਿਆ ਹੁਣ ਤੂੰ ਨਹੀਂ ਕਰਨ ਦਿਆ ਹੁਣ ਦੇਖ ਇਹਨੂੰ ਕਰਦਾ ਹੁਣ ਉਹਨੇ ਕਰਨ ਦਿਆ ਭਾਵੇਂ ਤੂੰ ਉਹਦੇ ਮੋਹਰੇ ਵੀ ਆ ਗਿਆ ਸੀ फीचर है थोड़े बटन वगैरह है मतलब इथो दी इहनू इदां करांगे तां उधर नूं हो जाणा इथो दी इधर नूं दबांगे उधर नूं जॉयस्टिक दी मूवमेंट फास्ट भी कर सकदे आ हां दौड़िए अच्छा स्टेबल करना फिर ओने थोड़ी दौड़ नु ट्रैक करना जे आपा दौड़दे दौड़दे बनाउने आ फिर आ एक आ स्पोर्ट्स मोड आ ओ जिंदे ट्राली नु करता ओनु करता ओ ट्रैक ओ जा भरावा ठीक है सर हां एक एक हैगा फॉलो ऑल फंक्शन हुन जिद्द जिद्द नु मैं मूव करूंगा इने उधर उधर फोन भी मूव करना इने का पर स्मूथ जांदा सारा ना उधर नु इधर नु मूव कीता मैं इने होली होली मूव करी जाना फोन भी जिवें कि ना सिनेमैटिक शॉट लैन बहुत वधिया चीज़ आ मतलब कि अपने कोई भी मतलब सिनेमैटिक वीडियो बनानी या म्यूजिकल वीडियो बनानी वो वास्ते बेस्ट जिन्ना वधिया फोन का कैमरा उन्नी वधिया वीडियो बननी सीधी जी गल दो बिंदिया बनिया ना मतलब ये सारा आ भी जॉयस्टिक आ भी चलता पे रोटेशन आ हाफ ते आ मतलब हुण हाफ ते आ वाली कल्ली चलती रोटेशन हुण उपर नीचे वाली वह नहीं चलनी गुड बॉय बस यही बंदा वीडियो बनाया करूगा साडिया बस वधिया तुसीं सुणाओ एक चीज़ नहीं लभी बस वाइड एंगल वाली वह किदा करनी है ना नॉर्मली होनी चाहिए वाइड एंगल सर अभी कि सू ली नहीं पी और यूट्यूब तो देख के देख लाँगे तो इतने का ब्लॉग इतें ही करते हैं समाप्त तो वीडियो वधिया लगी तो लाइक शेयर सबसक्राइब कर लियो थोड़े जे पैसे खर्चे वीडियो के वीडियो देख लो एड ना कोई स्किप करो जे पैसे खर्चे वो सू वापस आ जाए यही फरियाद है ताडे अगे ते कुछ नहीं बस टाटा बाय बाय।